ਸਵਾਗਤ ਕਰਦਾ ਹਾਂ ਵੀਰਾਂ ਤੇ ਭੈਣਾਂ ਦਾ ਤੁਹਾਡੇ ਆਪ ਦੇ YouTube ਚੈਨਲ ਦੇ ਉੱਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਨੋਟੀਫਿਕੇਸ਼ਨ ਲੈ ਕੇ ਆਇਆ ਜੀ ਜੋ ਕਿ ਆਊਟ ਕਰ ਦਿੱਤਾ ਗਿਆ ਹੈ ਆਫੀਸਰ ਅਸਿਸਟੈਂਟ ਦਾ ਇਸ ਦੇ ਵਿੱਚ ਨਵੀਂ ਭਰਤੀ ਹੈ ਬਿਲਕੁਲ ਜੀ ਇਹ ਵੈਕੈਂਸੀ ਬੈਂਕ ਦੇ ਵਿੱਚ ਆਊਟ ਕੀਤੀ ਗਈ ਹੈ ਕਿੱਦਾਂ ਇਹਦੇ ਲਈ ਤੁਸੀਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਮੈਂ ਪੂਰੀ ਐਲੀਜੀਬਿਲਿਟੀ ਦੱਸਾਂਗਾ ਫੁੱਲ ਪ੍ਰੋਸੈਸ ਦੱਸਾਂਗਾ ਅਪਲਾਈ ਕਰਨ ਦੇ ਲਈ ਵੀ ਕਿੱਥੋਂ ਇਹ ਰਿਕਰੂਟਮੈਂਟ ਆਊਟ ਹੋਈ ਹੈ ਜੀ ਐਲੀਜੀਬਿਲਿਟੀ ਵੀ ਡਿਸਕਸ ਕਰਾਂਗੇ ਸੋ ਵੀਡੀਓ ਨੂੰ ਤੁਸੀਂ ਐਂ ਤੱਕ ਪੂਰਾ ਜ਼ਰੂਰ ਵੇਖਿਓ ਪਹਿਲੀ ਵਾਰੀ ਸਾਡੇ ਚ ਕਰੋ ਸਬਸਕ੍ਰਾਈਬ ਤੇ ਨਾਲ ਦੇ ਨਾਲ ਬੈਲ ਆਈਕਨ ਦਬਾ ਦਿਓ ਤਾਂ ਕਿ ਹਰ ਇੱਕ ਰਿਕਰੂਟਮੈਂਟ ਨੋਟੀਫਿਕੇਸ਼ਨ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਤੁਸੀਂ ਸਮਝ ਰਹੇ ਹੋ ਉਹਦੇ ਲਈ ਅਪਲਾਈ ਕਰ ਪਾਓ ਵੈਕੈਂਸੀ ਇਸ ਤੋਂ ਇਲਾਵਾ ਹੋਰ ਵੀ ਕਈ ਆਊਟ ਕੀਤੀਆਂ ਗਈਆਂ ਨੇ ਜਿਨ੍ਹਾਂ ਨੂੰ ਤੁਸੀਂ ਸਾਡੇ ਚੈਨਲ ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਕਿਉਂਕਿ ਹਰ ਇੱਕ ਨੋਟੀਫਿਕੇਸ਼ਨ ਚਾਹੇ ਛੋਟੇ ਤੋਂ ਛੋਟਾ ਜਾਂ ਵੱਡੇ ਤੋਂ ਵੱਡਾ ਹਰ ਤਰ੍ਹਾਂ ਦਾ ਅਪਡੇਟ ਅਸੀਂ ਆਪਣੇ ਚੈਨਲ ਤੇ ਅਪਡੇਟ ਕਰਦੇ ਹੀ ਰਹਿੰਦੇ ਹਾਂ ਸੋ ਚੈੱਕ ਕਰਕੇ ਤੁਸੀਂ ਅਪਲਾਈ ਕਰ ਸਕਦੇ ਹੋ ਵੈਕੈਂਸੀ ਹੋਰ ਵੀ ਕਈ ਆਊਟ ਹੋਈਆਂ ਹੋਈਆਂ ਨੇ ਜਰੂਰ ਜਾਓ ਸਾਡੀ ਚੈਨਲ ਦੇ ਹੋਮਪੇਜ ਤੇ ਚੈੱਕ ਕਰਕੇ ਅਪਲਾਈ ਕਰ ਲਵੋ ਜੀ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਚ ਵੀ ਦੇ ਦੇਵਾਂਗਾ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਜੀ ਰਿਕਰੂਟਮੈਂਟ ਨੋ ਸਭ ਤੋਂ ਪਹਿਲਾਂ ਤਾਂ ਅਸੀਂ ਗੱਲ ਕਰ ਲੈਨੇ ਇਹ ਨੋਟੀਫਿਕੇਸ਼ਨ ਕਿਹਦੇ ਵੱਲੋਂ ਆਊਟ ਕੀਤਾ ਗਿਆ ਹੈ ਇਹ ਨੋਟੀਫਿਕੇਸ਼ਨ ਜਿੱਦਾਂ ਕਿ ਤੁਸੀਂ ਪਹਿਲਾਂ ਸੁਣਿਆ ਵੀ ਹੋਏਗਾ ਨੈਸ਼ਨਲ ਕਰੀਅਰ ਸਰਵਿਸ ਜੋ ਕਿ ਐਨ ਸੀ ਐਸ ਪੋਰਟਲ ਜੋ ਕਿ ਮਿਨਿਸਟਰੀ ਆਫ ਲੇਬਰ ਐਂਡ EMPLOYMENT ਵੱਲੋਂ ਰਿਲੀਜ਼ ਕੀਤਾ ਗਿਆ ਹੈ ਸੀਗਾ ਇਹਨਾਂ ਦੇ ਪੋਰਟਲ ਦੇ ਉੱਪਰ ਇਹ ਵੈਕੈਂਸੀ ਜਿਹੜੀ ਹੈ ਜੀ ਉਹ ਆਊਟ ਕੀਤੀ ਗਈ ਹੈ ਜੋ ਕਿ ਲੋਕਲ EMPLOYEES ਜਾਂ ਫਿਰ ਸੈਂਟਰਲ ਗਵਰਨਮੈਂਟ ਦੇ ਜਾਂ ਸਟੇਟ ਗਵਰਨਮੈਂਟ ਦੇ ਰਹੇ ਹੁੰਦੇ EMPLOYEES ਹੁੰਦੇ ਨੇ ਉਹ ਹਾਇਰਿੰਗ ਕਰਦੇ ਨੇ ਇਹਨਾਂ ਪੋਰਟਲ ਦੇ ਥਰੂ ਸਾਰੀਆਂ ਵੈਕੈਂਸੀਸ ਇੱਥੇ ਅਪਡੇਟ ਕੀਤੀਆਂ ਜਾਂਦੀਆਂ ਨੇ ਇਵਨ ਕੇ EMPLOYEER ਦੀ ਡਿਟੇਲਸ ਕਿਤੀਆਂ ਜਾਂਦੀਆਂ ਨੇ ਸੋ ਇਹ ਵੈਕੈਂਸੀ ਜਿਹੜੀ ਹੈ ਜੀ ਉਹ ਆਊਟ ਕੀਤੀ ਗਈ ਆ ਆਪਾਂ ਨੀਚੇ ਡਿਸਕਸ ਕਰ ਲੈਣੇ ਆ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰੀਏ ਇਹ ਵੈਕੈਂਸੀ ਜਿਹੜੀਆਂ ਨੇ ਬੰਦਨ ਬੈਂਕ ਆਫਿਸ ਅਸਿਸਟੈਂਟ ਫਰੈਸ਼ਰਸ ਨੋਟੀਫਿਕੇਸ਼ਨ ਜਿਹੜਾ ਹੈ ਜੀ ਉਹ ਰਿਲੀਜ਼ ਕੀਤਾ ਗਿਆ ਲੇਕਿਨ ਇਹ ਹਾਇਰਿੰਗ ਜਿਹੜੀ ਹੋਏਗੀ ਉਹ ਡੀਸੀ ਆਈਐਮ ਇੰਡੀਆ ਪ੍ਰਾਈਵੇਟ ਲਿਮਟਿਡ ਉਹ ਕੰਪਨੀ ਵੱਲੋਂ ਜਿਹੜੀ ਹੈ ਜੀ ਹਾਇਰਿੰਗ ਕੀਤੀ ਜਾ ਰਹੀ ਹੈ ਬੰਦਰ ਬੈਂਕ ਦੇ ਲਈ ਇਸ ਦੇ ਵਿੱਚ ਆਰਗੇਨਾਈਜੇਸ਼ਨ ਟਾਈਪ ਜਿਹੜਾ ਰਹੇਗਾ ਕੰਪਨੀ ਰਹੇਗਾ ਜੀ ਅਗਰ ਮੈਂ ਜੋਬ ਪ੍ਰੋਫਾਈਲ ਦੀ ਗੱਲ ਕਰਾਂ ਆਫਿਸ ਅਸਿਸਟੈਂਟ ਦੀ ਰਹੇਗੀ ਇਸ ਦੇ ਵਿੱਚ ਅਗਰ ਗੱਲ ਕਰੀਏ ਕਿ ਸੈਕਟਰ ਕਿਹੜਾ ਰਹੇਗਾ ਉਹ ਰਹੇਗਾ ਆਪਰੇਸ਼ਨ ਐਂਡ ਸਪੋਰਟ ਤੇ ਫੰਕਸ਼ਨ ਰੋਲ ਜਿਹੜਾ ਹੈ ਜੀ ਐਕਸਪੀਰੀਅੰਸ ਨਹੀਂ ਹੈ ਬਿਲਕੁਲ ਫਰੈਸ਼ਰਸ ਕੈਂਡੀਡੇਟ ਐਲੀਜੀਬਲ ਨੇ ਤੇ ਫੰਕਸ਼ਨ ਏਰੀਆ ਜਿਹੜਾ ਹੈ ਉਹ ਫਾਈਨਾਂਸ ਇੰਸ਼ੋਰੈਂਸ ਤੇ ਅਕਾਊਂਟਿੰਗ ਸਰਵਿਸਿਜ਼ ਦੇ ਰਿਲੇਟਡ ਜਿਹੜਾ ਹੈ ਜੀ ਉਹ ਰਹਿਣ ਵਾਲਾ ਹੈ ਜੀ ਸੋ ਇਸ ਦੇ ਵਿੱਚ ਨੈਕਸਟ ਅਗਰ ਗੱਲ ਕਰੀਏ ਕਿ ਰਿਕੁਆਇਰਡ ਕੁਆਲੀਫਿਕੇਸ਼ਨ ਕੀ ਮੰਗੀ ਗਈ ਹੈ ਸੋ ਮਿਨਿਮਮ ਜਿਨ੍ਹਾਂ ਨੇ 12ਵੀਂ ਪਾਸ ਕੀਤੀ ਹੋਈ ਹੈ ਜੀ ਉਹ ਇਹਦੇ ਲਈ ਐਲੀਜੀਬਲ ਨੇ ਵੈਸੇ ਵੀ ਵੈਕੈਂਸੀ ਜਿਹੜੀ ਆਫਿਸ ਅਸਿਸਟੈਂਟ ਦੀਆਂ ਨਿਕਲਦੀਆਂ ਨੇ ਉਹਦੇ ਲਈ ਪਲੱਸ 2 ਵਾਲੇ ਕੈਂਡੀਡੇਟ ਹੀ ਐਲੀਜੀਬਲ ਹੁੰਦੇ ਨੇ ਜੀ ਟੋਟਲ ਐਕਸਪੀਰੀਅੰਸ ਜਿਹੜਾ ਇਹ ਚ ਮੰਗਿਆ ਗਿਆ ਹੈ ਜੀ ਕੋਈ ਐਕਸਪੀਰੀਅੰਸ ਨਹੀਂ ਹੈ ਜ਼ੀਰੋ ਬੰਗਿਆ ਗਿਆ ਹੈ ਤੇ ਕੀ ਸਕੀਲਸ ਮਤਲਬ ਤੁਹਾਨੂੰ ਨੌਲੇਜ ਜਿਹੜੀ ਹੈ ਜੀ ਬੈਕ ਆਫਿਸ ਦੀ ਥੋੜੀ ਬਹੁਤ ਹੋਣੀ ਚਾਹੀਦੀ ਹੈ ਤੇ ਨੇਚਰ ਆਫ ਜੌਬ ਦੀ ਗੱਲ ਕਰਾਂ ਤਾਂ ਫੁੱਲ ਟਾਈਮ ਜੌਬ ਹੈ ਜੀ ਔਰ ਜਿਹੜੀ ਤੁਹਾਡੀ ਸੈਲਰੀ ਵੇਜਸ ਰਹੇਗੀ ਉਹ ਮੰਥਲੀ ਬੇਸਿਸ ਤੇ ਜਿਹੜੀ ਹੈ ਜੀ ਉਹ ਰਹਿਣ ਵਾਲੀ ਹੈ ਸੈਲਰੀ ਦੀ ਗੱਲ ਕਰਾਂ ਤਾਂ 13700 ਤੋਂ ਲੈ ਕੇ 20100 ਤੁਹਾਡੀ ਸੈਲਰੀ ਰਹਿਣ ਵਾਲੀ ਹੈ ਤੇ ਤੁਹਾਨੂੰ ਵਿਦਿਨ 2 ਡੇਸ ਵਾਲਾ ਹੈ ਤੁਹਾਡੀ ਸਿਲੈਕਸ਼ਨ ਹੋ ਜਾਂਦੀ ਹੈ ਵਿਦਿਨ 2 ਡੇਸ ਤੁਹਾਨੂੰ ਜਿਹੜੀ ਜੁਆਇਨਿੰਗ ਕਰਨੀ ਪਏਗੀ ਤੇ ਮੇਲ ਫੀਮੇਲ ਦੋਨੋਂ ਹੀ ਕੈਂਡੀਡੇਟ ਇਹਦੇ ਵਿੱਚ ਐਲੀਜੀਬਲ ਨੇ ਕੈਟਾਗਰੀ ਦੀ ਗੱਲ ਕਰਾਂ ਤਾਂ ਜਨਰਲ OBC OTH SC ST ਸਾਰੇ ਕੈਂਡੀਡੇਟ ਐਲੀਜੀਬਲ ਨੇ ਐਕਸਰੀਸਮੈਨ ਨੂੰ ਕੋਈ ਪ੍ਰੀਫਰੈਂਸ ਲੱਗਤੋ ਨਹੀਂ ਦਿੱਤੀ ਜਾਏਗੀ ਨੰਬਰ ਆਫ ਓਪਨਿੰਗ ਦੀ ਗੱਲ ਕਰਾਂ ਤਾਂ 39 ਪੋਸਟਾਂ ਜਿਹੜੀਆਂ ਨੇ ਟੋਟਲ ਆਊਟ ਕੀਤੀਆਂ ਗਈਆਂ ਨੇ ਏਜ ਰੈਲੈਕਸੇਸ਼ਨ ਦੀ ਗੱਲ ਕਰਾਂ ਤਾਂ ਇਹਦੇ ਵਿੱਚ 18 ਸਾਲ ਤੋਂ ਲੈ ਕੇ 30 ਸਾਲ ਰਕ ਦੇ ਕੈਂਡੀਡੇਟ ਐਲੀਜੀਬਲ ਨੇ ਤੇ ਡੇਟ ਆਫ ਬਰ ਜਿਨ੍ਹਾਂ ਦੇ ਬਾਰਨ ਹੋਏ ਨੇ ਲੈ ਕੇ 12 11 2003 ਤੱਕ ਇਹ ਕੈਂਡੀਡੇਟ एलिजिबल ਨੇ ਅਪਲਾਈ ਕਰ ਸਕਦੇ ਨੇ نیچے EMPLOYER ਦੀ ਡਿਟੇਲ ਵੀ ਦਿੱਤੀ ਹੋਈ ਹੈ इवन ਤੁਸੀਂ ਕਾਲ ਕਰਕੇ ਵੀ ਕਨਫਰਮ ਕਰ ਸਕਦੇ ਹੋ ਤੇ ਅਪਲਾਈ ਕਰਨ ਦੇ ਲਈ ਇੱਥੇ ਤੁਸੀਂ ਕਲਿੱਕ ਕਰੋਗੇ ਜਿੱਦਾਂ ਕਲਿੱਕ ਕਰੋਗੇ ਤੁਹਾਨੂੰ ਸਭ ਤੋਂ ਪਹਿਲਾਂ NCS ਪੋਰਟਲ ਦੇ ਉੱਪਰ ਰਜਿਸਟਰਡ ਕਰਨਾ ਪਏਗਾ ਰਜਿਸਟ੍ਰੇਸ਼ਨ ਤੁਹਾਡੀ ਈਮੇਲ ਆਈਡੀ ਮੋਬਾਈਲ ਨੰਬਰ ਭਰ ਕੇ ਹੋ ਜਾਏਗਾ ਜੀ ਫਿਰ ਤੁਸੀਂ ਉਹਨਾਂ ਉੱਪਰ ਆਪਣੀ ਸਾਰੀ ਕੁਆਲੀਫਿਕੇਸ਼ਨ ਤੇ ਉਹਦੇ ਸਕੈਨਡ ਕਾਪੀ ਜਿਹੜੀ ਨੇ ਅਪਲੋਡ ਕਰ ਦਿੰਦੇ ਹੋ ਤਾਂ ਉਸ ਤੋਂ ਬਾਅਦ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਜੀ ਸਿੰਪਲ ਤੁਸੀਂ ਟੌਪ ਤੇ ਵੀ ਦਿੱਤਾ ਹੋਇਆ ਇੱਥੇ ਵੀ ਅਪਲਾਈ ਕਰ ਸਕਦੇ ਹੋ ਜੀ ਲ 2021 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ 12 11 2000 ਇੱਕ ਕਿਨੂਏ ਜਿਹੜੀਆਂ ਪੋਸਟਾਂ ਨੇ ਪੋਸਟ ਕੀਤੀਆਂ ਗਈਆਂ ਨੇ ਸੋ ਟਾਈਮ ਹੈਗਾ ਹੈ ਲੈ ਤੁਹਾਡੇ ਕੋਲ ਤੁਸੀਂ ਅਪਲਾਈ ਜ਼ਰੂਰ ਕਰ ਲੈਣਾ ਲੇਕਿਨ ਮੈਂ ਇਹ ਕਵਾਂਗਾ ਕਿ ਥੋੜੇ ਟਾਈਮ ਦੇ ਗੱਲ ਹੈ ਤੁਸੀਂ ਜਲਦੀ ਨਾਲ ਅਪਲਾਈ ਕਰ ਲਵੋ ਪਹਿਲਾਂ ਫਿਰ ਤੁਸੀਂ ਬਾਕੀ ਜਿਹੜਾ ਕੋਈ ਕੰਮ ਕਰ ਸਕਦੇ ਹੋ ਸੀ ਸੋ ਇਹ ਵੈਕੈਂਸੀਜ਼ ਨੇ ਜਿਹੜੀਆਂ ਕੀ ਆਊਟ ਕੀਤੀਆਂ ਗਈਆਂ ਨੇ ਕਿਸੇ ਤਰ੍ਹਾਂ ਦਾ ਕੋਈ ਡਾਊਟ ਹੈ ਜੀ ਤੁਸੀਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਜੀ ਬਾਕੀ ਤੁਹਾਨੂੰ ਸਿੱਧਾ ਐਨਸੀਐਸ ਬੋਰਡ ਦਾ ਲਿੰਕ ਮੈਂ ਦੇ ਦੇਵਾਂਗਾ ਕੋਈ ਡਾਊਟ ਹੋਵੇ ਜ਼ਰੂਰ ਕਮੈਂਟ ਕਰਕੇ ਦੱਸਿਓ ਮਿਲਾਂਗਾ ਜੀ ਤੁਹਾਨੂੰ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤ